जालंधर में प्रभावी और जवाबदेही पुलिसिंग की ओर से अपनी मुहिम को जारी रखते हुए पुलिस कमिश्नर स्वपन शर्मा ने गत दिवस औद्योगिक क्षेत्र की सुरक्षा को बढ़ाने के उद्देश्य से एक नई पहल सहयोग की शुरुआत की। इस मौके पर पुलिस कमिश्नर ने बताया कि ये प्रोजेक्ट फोकल पॉइंट इंडस्ट्री एसोसिएशन के सहयोग से शुरू किया गया है। उन्होंने कहा कि बुनियादी उद्देश्य औद्योगिक जोन में सुरक्षा को मजबूत करना है, जिसके लिए जरूरी साधनों के साथ साथ लेस गश्त टीम तैनात की गई है। उन्होंने बताया कि फोकल पॉइंट क्षेत्र को 6 ब्लॉक्स को 2 बीटों में बांटा गया है, जिसमें 4 वाहन नियमित तौर पर गश्त करेंगे और प्रत्येक क्षेत्र के कवर करने के लिए 2 अधिक वाहनों को तैनात किया जाएगा। उन्होंने बताया कि हर टीम में 4 सुरक्षा गार्ड और 1 पुलिस मुलाजिम फर्स्ट एड किट, हथियार, आग बुझाने वाले यंत्र, टॉर्च, वायरलेस सेट सहित अन्य सामान से लैस होगा। उन्होंने कहा कि इन टीमों ने पुलिस लाइन जालंधर में 2 दिन की व्यापक सिखलाई मॉड्यूल से ट्रेनिंग ली है, ताकि ये यकीनी बनाया जा सके कि टीमें किसी भी सुरक्षा चुनौतियों और जरूरत पड़ने पर प्रभावशाली ढंग से जवाब देने के लिए पूरी तरह से तैयार हों। इस मौके पर फोकल पॉइंट इंडस्ट्री एसोसिएशन के प्रधान नरेंद्र सग्गू ने कहा कि पुलिस कमिश्नरेट जालंधर और फोकल पॉइंट इंडस्ट्रीज एसोसिएशन के बीच सहयोग उद्योगपतियों को सुरक्षित भावना देते हुए आपसी सहयोग को उत्साहित करेगा। पुलिस और आम लोगों की सांझ को मजबूत करने के लिए ये बहुत सहायक सिद्ध होगा। जालंधर से पंकज शर्मा की रिपोर्ट। इट इज ऑल अबाउट पब्लिक पार्टनरशिप, ठीक है। फोकल पॉइंट कितनी 150 हाउ मच 300 के करीब एंड अक्सर ये देखा गया है कि इतने जब भी तनख्वाह मिलती है या देर सवेर जो कारीगर हैं मजदूर हैं आते जाते हैं तो कुछ ना कुछ वारदातें होती हैं। नाउ इट इज प्रैक्टिकली नॉट पॉसिबल कि 300 दी 300 पॉइंट्स जो हैं वो पुलिस कवर कर सके। सो एक पहला तो चलते सी सगू साहब ने एक बार पहला भी किया सी मुंडियां नूं रोजगार भी मिले, कॉन्ट्रीब्यूशन जी है इंडस्ट्री की भी है, फोकल पॉइंट जी सारी चौंकी है वो नोडल पॉइंट बनाया गया है, एक एक मुलाजम साडा भी गड्डी च बैठ बैठा करूगा, नाइट पेट्रोलिंग किया करेंगे। 10 to 5, 4 बजे तक है, लेकिन आप एक्सटेंड करेंगे 9 to 5 बजे तक। ਕਿੰਨੇ ਮੁਲਾਜ਼ਮ ਟੋਟਲ ਰਹਿਣਗੇ ਇਹਦੇ ਵਿੱਚ? ਜਿੰਨੀ ਗੱਡੀਆਂ ਹੋਣਗੀਆਂ ਮੁਲਾਜ਼ਮ ਨਹੀਂ, ਇੱਕ ਗੱਡੀ ਵਿੱਚ ਕਿੰਨੇ ਮੁਲਾਜ਼ਮ ਹੋਣਗੇ? ਇੱਕ ਤਾਂ ਸਾਡਾ ਮੁਲਾਜ਼ਮ ਹੋ ਗਿਆ, ਇੱਕ ਡਰਾਈਵਰ ਹੋ ਗਿਆ ਜੀ, ਤਿੰਨ ਜਿਹੜੇ ਹੈ ਉਹ ਵੈਪਨ ਵਗੈਰਾ ਨਾਲ, ਵੈਪਨ ਸਾਡੇ ਮੁਲਾਜ਼ਮ ਤੋਂ, ਠੀਕ ਹੈ। ਵੈਪਨ ਹੋ ਗਿਆ, ਡਰੈਗਨ ਲਾਈਟ ਹੋ ਗਈ, ਟੌਰਚਸ ਹੋ ਗਈ, ਫਲਿਕਰਿੰਗ ਲਾਈਟਸ ਹੋ ਗਈ, ਜੈਕਟਸ ਹੋ ਗਈਆਂ, ਅਤੇ ਇਹਨਾਂ ਦੀ ਟ੍ਰੇਨਿੰਗ ਵੀ ਦਿੱਤੀ ਹੈ ਜਿਹੜੇ ਮੁੰਡੇ ਹੈ ਡਰਾਈਵਰ ਮੁੰਡੇ ਹੈ, ਕਿ ਅਗਰ ਕਿਸੇ ਨੂੰ ਇੰਟਰਸੈਪਟ ਕਰਨਾ ਹੈ, ਗੱਲ ਕਰਨੀ ਹੈ, ਕਿਵੇਂ ਕਰਨੀ ਹੈ, ਕੋਈ ਸ਼ੱਕੀ ਬੰਦੇ ਜਦ ਆਉਂਦੇ ਹੈ ਜਾਂ ਦਿਖਦੇ ਹੈ ਤੇ ਕਿਵੇਂ ਉਹਨਾਂ ਨੂੰ ਘੇਰਨਾ ਹੈ, ਕਿਵੇਂ ਕੁਛ ਨਹੀਂ ਕਰਨੀ ਹੈ। ਫਿਲਹਾਲ ਦੀ ਕਰੀ ਫੋਕਲ ਪੁਆਇੰਟ ਜਾਂ ਇਹ ਸਿਰਫ ਫੋਕਲ ਪੁਆਇੰਟ ਆਉਣ ਵਾਲੇ ਸਮੇਂ 'ਚ ਇਹ ਸਿਰਫ ਫੋਕਲ ਪੁਆਇੰਟ ਜਿੱਥੇ ਜਿੱਥੇ ਇੰਡਸਟਰੀ ਹੈ, ਜਿਵੇਂ ਗਦਾਈਪੁਰ ਵੀ ਹੈ। ਸੋ ਵਰਕਰਾਂ ਨਾਲ ਵਾਰਦਾਤਾਂ ਹੋ ਰਹੀਆਂ ਸੀ ਤੇ ਅਸੀਂ ਉਹਦੀ ਸਾਹਿਬ ਕੋ ਗਏ ਸੀ ਤੇ ਇੱਕ ਇਹ ਮਿਊਚੁਅਲ ਅੰਡਰਸਟੈਂਡਿੰਗ ਦਾ ਇੱਕ ਫਾਰਮੂਲਾ ਨਿਕਲਿਆ, ਇਸ ਤਰ੍ਹਾਂ ਅਸੀਂ ਕਰ ਲੈਂਦੇ ਹਾਂ। ਉਹ ਸਾਨੂੰ ਵੀ ਬੜਾ
ਠੀਕ ਲੱਗਾ ਔਰ ਸਾਡੇ ਤੇ ਕੋਸਟ ਵੀ ਕੋਈ ਜ਼ਿਆਦਾ ਨਹੀਂ ਹੈਗੀ। ਸਤਿਗੁਰੂ ਸਾਹਿਬ ਇੱਕ ਚੀਜ਼ ਸੀ, ਜਦੋਂ 15 ਦਿਨ ਪਹਿਲਾਂ ਆਪਾਂ ਸ਼ੁਰੂਆਤ ਕੀਤੀ ਸੀਗੀ, ਕੋਈ ਇੱਦਾਂ ਦੇ ਕੇਸਿਸ ਸੋਲਵ ਹੋਏ ਇਹਦੇ ਵਿੱਚ, ਕੋਈ ਇੱਦਾਂ ਦੀਆਂ ਵਾਰਦਾਤਾਂ ਜਿਹੜੀਆਂ ਹੋਈਆਂ ਸੀ ਉਹਨਾਂ ਨੂੰ ਨੱਥ ਪਈ? ਅਸੀਂ ਨਾ ਉੱਦਾਂ ਮੀਟਿੰਗ ਕੀਤੀ ਸੀ ਅਤੇ ਉੱਦਾਂ ਅਸੀਂ ਕਿਹਾ ਸੀ ਕਿ ਅਸੀਂ ਇੱਦਾਂ ਕਰਾਂਗੇ। ਹਾਂ ਠੀਕ ਹੈ ਜੀ, ਅੱਜ ਅਸੀਂ ਕਰ ਰਹੇ ਹਾਂ, ਅੱਜ ਤਾਂ ਫੌਰੀ ਤੌਰ ਤੇ ਅਮਲੀ ਜਮਾ ਪ੍ਰੀਵੈਂਟਿਵ ਹੈ। ਠੀਕ ਹੈ ਨਾ, 15 ਦਿਨ ਦੇ ਵਿੱਚ ਫੋਕਲ ਪੁਆਇੰਟ ਦੇ ਵਿੱਚ ਕੋਈ ਵਾਰਦਾਤ ਨਹੀਂ, ਇੱਕ ਡਰ ਦੇ ਨਾਲ, ਇੱਕ ਮਾਹੌਲ ਦੇ ਨਾਲ, ਕਿਉਂਕਿ ਗੱਡੀਆਂ ਇਹ ਡੋਰ ਟੂ ਡੋਰ ਜਾਂਦੀਆਂ ਸੀ, ਇਹਨਾਂ ਨੇ ਹਰ ਫੈਕਟਰੀ ਜਾ ਕੇ ਉਹਦੇ ਗੇਟ ਚੈੱਕ ਕੀਤੇ, ਉਹਦੇ ਤਾਕੀਆਂ ਦਰਵਾਜ਼ੇ, ਉਹਦੇ ਜੰਗਲੇ, ਕਿੱਥੋਂ ਚੋਰ ਵੜ ਸਕਦਾ, ਕਿਉਂਕਿ ਇੱਕ ਤਾਂ ਹੋ ਗਈ ਖੋਹ ਜਿਹੜੀ ਡਕੈਤੀ ਆ, ਇੱਕ ਚੋਰ ਅੰਦਰ ਹੀ, ਸਾਡੇ ਚੌਕੀਦਾਰ ਵੀ ਚੋਰ ਹੋ ਸਕਦੇ ਆ, ਅਤੇ ਉਹ ਅੰਦਰੋਂ ਚੋਰੀ ਵੀ ਨਾ ਕਰਨ, ਉਹਦੀ ਵੀ ਇਹਨਾਂ ਨੇ ਪ੍ਰੀਵੈਂਟਿਵ ਕੀਤੀ ਹੈ। ਔਰ ਹਰ ਫੈਕਟਰੀ ਇਹਨਾਂ ਨੇ ਘੁੰਮਣਾ, ਉਹਦੀ ਵੀਡੀਓ ਸਾਰੀ ਰਾਤ ਇਹਨਾਂ ਦੀਆਂ ਗੱਡੀਆਂ ਨਾਲ ਵੀਡੀਓ ਦੋਨੋਂ ਪਾਸੇ ਬੰਦੀ ਜਾਣੀ ਹੈ, ਤਾਂ ਕਿ ਕਿਸੇ ਵੇਲੇ ਕੋਈ ਗੱਲ ਹੋ ਜਾਏ, ਸਾਡੇ ਕੈਮਰੇ ਤਾਂ ਹੈਗੇ ਆ, ਇਹਨਾਂ ਦੇ ਵੀ ਕੈਮਰੇ ਸਾਨੂੰ ਅਵੇਲੇਬਲ ਹੋਣਗੇ, ਸੜਕ 'ਤੇ ਵੀ ਕਿਤੇ ਵੀ ਜਾਂਦੇ ਆ, ਦੋ ਬੰਦੇ ਨੇ ਦੋਨੋਂ ਪਾਸੇ ਇਹਨਾਂ ਨੇ ਕੈਮਰੇ ਔਨ ਹੀ ਰੱਖਣੇ ਮੋਬਾਈਲ 'ਤੇ। ਸੋ ਇੱਦਾਂ ਦਾ ਅਸੀਂ ਇਹ ਪ੍ਰੋਡਕਟ ਕੀਤਾ। ਅਤੇ ਦੂਸਰਾ ਅਸੀਂ ਇੱਕ ਹੋਰ ਸਰਵਿਸ ਲਈ ਇਹਨਾਂ ਤੋਂ ਕਿ ਰਾਤ ਨੂੰ ਕਿਸੇ ਵਰਕਰ ਦਾ ਕੋਈ ਐਕਸੀਡੈਂਟ ਹੋ ਜਾਏ ਕਿਸੇ ਵੀ ਫੈਕਟਰੀ 'ਚ, ਉੱਥੇ ਇਹਨਾਂ ਦੇ ਪ੍ਰਾਈਵੇਟ ਨੰਬਰ ਦਿੱਤੇ ਵੀ ਇਹਨਾਂ ਨੂੰ ਕਾਲ ਕਰੋ ਅਤੇ ਇਹਨਾਂ ਦੀਆਂ ਤਿੰਨੋਂ ਚਾਰੋਂ ਗੱਡੀਆਂ ਉੱਥੇ ਪਹੁੰਚ ਜਾਣਗੀਆਂ ਇਮੀਡੀਏਟਲੀ, ਜਿਹੜਾ ਮਾਲਕ ਕਹਿਣਗੇ ਜਿਹੜੇ ਹਸਪਤਾਲ ਜਾਣਾ ਉੱਥੇ ਹਸਪਤਾਲ ਪਹੁੰਚਾ ਦੇਣਗੇ। ਬਾਈ ਚਾਂਸ ਰਾਤ ਨੂੰ ਮਾਲਕ ਘਰ ਬੈਠਾ, ਵਰਕਰ ਲੜ ਪਏ ਅੰਦਰ, ਕਿਉਂਕਿ ਇੱਕ ਇੱਕ ਫੈਕਟਰੀ 500-500 800-800 ਵਰਕਰ ਆ, ਸਾਹਮਣੇ ਵਾਲੀ 2000 ਵਰਕਰ ਆ, ਤਾਂ ਲੜ ਪਏ ਅਤੇ ਕੰਟਰੋਲ ਨਹੀਂ ਹੁੰਦੇ, ਅਤੇ ਉਸ ਵੇਲੇ ਪੁਲਿਸ ਨੂੰ ਤਾਂ ਫੋਨ ਕਰਾਂਗੇ ਕਰਾਂਗੇ, ਇਹ ਇੱਥੇ ਗੇਟ 'ਤੇ ਬੈਠੇ ਆ, ਇਹਨਾਂ ਨੂੰ ਕਰ ਦਾਂਗੇ ਅਤੇ ਇਹ ਸੌਟ ਆਊਟ ਕਰਾ ਦੇਣਗੇ। ਅਤੇ ਤੀਸਰਾ ਇਹ ਹੈਗਾ ਕਿ ਜੇ ਕਿਸੇ ਨੂੰ ਕੋਈ ਦਿਨ ਵੇਲੇ ਵੀ ਕੋਈ ਪ੍ਰੋਬਲਮ ਆ ਜਾਂਦੀ, ਕੋਈ ਅਣਛਾਤੇ ਬੰਦੇ ਅੰਦਰ ਐਂਟਰ ਕਰਨ ਦੀ ਕੋਸ਼ਿਸ਼ ਕਰਦੇ ਆ, ਅਤੇ ਉਸ ਵੇਲੇ ਵੀ ਇਹ ਉੱਥੇ ਪਹੁੰਚ ਜਾਣਗੇ, ਫਸਟ ਏਡ ਦਾ ਕੰਮ ਕਰਨਗੇ, ਬਾਕੀ ਕੰਮ ਤਾਂ ਪੁਲਿਸ ਨੇ ਕਰਨਾ।